ਇੱਕ ਮਹੀਨੇ ਤੋਂ ਨੋਟਿਸ ਦੇ ਰੱਖਿਆ ਮਕਾਨ ਮਾਲਕ ਨੇ ਕਿ ਬਈ ਮਕਾਨ ਖਾਲੀ ਕਰੋ, ਮਕਾਨ ਖਾਲੀ ਕਰੋ। ਹੁਣ ਮੈਂ ਨਾ ਪੂਰਾ ਘਰ ਲੈਣਾ ਅਤੇ ਘਰ ਪੂਰਾ ਮਿਲਦਾ ਨਹੀਂ ਪਿਆ। ਮੈਂ ਤਾਂ ਸਾਰੇ ਸੁਸਾਇਟੀਆਂ 'ਚ ਇੱਧਰ ਉੱਧਰ ਲੱਭ ਲਿਆ ਪਰ ਮੈਨੂੰ ਕਿੱਥੇ ਨਹੀਂ ਮਿਲਿਆ। ਇੱਥੇ ਜੇ ਕੋਈ ਕਰਮਾ ਪਲੇਸਮੈਂਟ ਦੱਸਦੇ ਆ ਸ਼ਾਇਦ, ਉਹ ਦਵਾਉਂਦਾ ਕਮਰੇ ਕੁਮਰੇ ਘਰ ਘੁਰ ਜੇ ਪੂਰੇ ਹੀ, ਚੱਲ ਉਹਨੂੰ ਪੁੱਛਦੇ ਹਾਂ ਜਾ ਕੇ ਅੱਜ। ਅਤੇ ਜੇ ਉੱਥੋਂ ਮਿਲ ਜੇ ਤਾਂ ਵਧੀਆ, ਚੰਗੀ ਗੱਲ ਹੈ। ਮੈਂ ਤਾਂ ਲੈ ਲੂੰ, ਪੂਰਾ ਘਰ ਹੀ ਲੈ ਲੂੰਗੀ। ਹੋਰ ਕੀ, ਰੋਜ਼ ਦੀ ਮਕਾਨ ਮਾਲਕ ਉਹ ਕਹਿੰਦਾ ਖਾਲੀ ਕਰੋ ਖਾਲੀ ਕਰੋ, ਪਰ ਮਿਲੇ ਕੋਈ ਕਿਧਰੇ ਚੱਜ ਦਾ ਫੇਰ ਹੀ ਤਾਂ ਮੈਂ ਲਵਾਂ ਨਾ। ਇੱਥੇ ਚੱਲ ਦੇਖਦੀ ਹਾਂ, ਕਰਮਾ ਪਲੇਸਮੈਂਟ ਹੈਗੇ ਆ। ਇੱਥੇ ਜੀ ਦੱਸਿਆ ਸੀ ਮੈਨੂੰ ਕਿ ਇੱਥੇ ਹੀ ਭਾਈ, ਇੱਥੇ ਹੀ ਚੱਲ ਪੁੱਛ ਲੈਂਦੇ ਹਾਂ, ਪੁੱਛਣ 'ਚ ਤਾਂ ਕੋਈ ਹਰਜ ਨਹੀਂ ਹੈਗਾ। ਚਲੋ ਇੱਧਰ ਹੀ ਤਾਂ ਗਰਮੀ ਬੜੀ ਹੈ, ਸਮਾਨ ਚੱਕਣਾ ਵੀ ਬਾਹਲਾ ਔਖਾ ਹੈ ਭਾਈ। ਰੋਜ਼ 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 ਸਮਾਨ ਚੱਕਦੇ ਵੀ ਮੈਨੂੰ ਤਾਂ ਚੰਗਾ ਨਹੀਂ ਲੱਗਦਾ ਗਾ। ਇੱਥੇ ਜੇ ਵਧੀਆ ਮਿਲ ਜੇ ਮੈਂ ਤਾਂ ਕਈ ਸਾਲ ਹੀ ਰਹਿ ਜੂੰਗੀ, ਹੋਰ ਜੇ ਕੋਈ ਵਧੀਆ ਜਿਹਾ ਦਵਾ ਦੂਗਾ ਤਾਂ ਭਾਈ ਆਹੀ ਹੈ ਮੈਨੂੰ ਤਾਂ ਲੱਗਦਾ ਆਹੀ। ਹਾਂ ਚਲੋ ਵਜਾਉਣੀ ਹੈ ਗੇਟ। ਆਪਣੇ ਘਰ ਘੁਰ ਕਿਰਾਏ ਤੇ ਦਵਾਉਣੇ ਹੋ ਜੀ? ਬਿਲਕੁਲ ਜੀ, ਅਸੀਂ ਘਰ ਕਿਰਾਏ ਤੇ ਦਵਾਉਣੇ ਆ, ਕਮਰਾ ਕਿਰਾਏ ਤੇ ਦਵਾਉਣੇ ਆ, ਪ੍ਰੋਪਰਟੀ ਡੀਲਰ ਦਾ ਕੰਮ ਆਪਣਾ। ਅੱਛਾ ਹਾਂਜੀ ਹਾਂਜੀ, ਔਰ ਪਲੇਸਮੈਂਟ ਦਾ ਕੰਮ ਹੈ, ਨੌਕਰੀਆਂ ਵੀ ਦਵਾਉਣੇ ਆ ਅਸੀਂ। ਅੱਛਾ ਹਾਂ ਹਾਂ ਹਾਂ, ਪਲਾਟ ਵੀ ਪਕਾਉਣੇ ਆ, ਇਧਰ ਉਧਰੋਂ ਕਿਸੇ ਦਾ ਪਲਾਟ ਦਵਾਉਣਾ, ਕਿਸੇ ਨੂੰ ਖਰੀਦਣਾ, ਕਿਸੇ ਨੂੰ ਵੇਚਣਾ, ਉਹ ਸਾਰੇ ਨੂੰ ਸਾਡੇ ਨਾਲ ਕੰਟੈਕਟ ਕਰਦੇ ਆ। ਸਾਡਾ ਆਫਿਸ ਆ ਜਾਓ, ਬਾਹਰ ਤੋਂ ਖੜੇ ਆ ਜਾਓ। ਕੋਈ ਗੱਲ ਨਹੀਂ, ਮੈਂ ਕਿਹਾ ਕਿਧਰੇ ਹੋਰ ਪਾਸੇ ਨਾ ਵੜ ਜਾ ਫਿਰ। ਨਹੀਂ ਅੰਦਾਜ਼ਾ ਲੱਗ ਗਿਆ ਵੀ ਆਹੀ ਠੀਕ ਜਗ੍ਹਾ ਆਏ ਨੇ। ਬਿਲਕੁਲ ਠੀਕ ਜਗ੍ਹਾ, ਚਲੋ ਠੀਕ ਹੈ, ਲੱਭ ਗਿਆ ਤੇ ਮੈਂ ਨਾ ਪੂਰਾ ਘਰ ਲੈਣਾ ਕਿਰਾਏ। ਆ ਜਾਓ ਆ ਜਾਓ ਇੱਕ ਵਾਰੀ। ਚਲੋ ਠੀਕ ਹੈ, ਆ ਜਾਓ ਆ ਜਾਓ ਆ ਜਾਓ। ਹਾਂਜੀ, ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੈ, ਗਰਮੀ ਤਾਂ ਬਹੁਤ ਜ਼ਿਆਦਾ ਹੈ ਜੀ। ਹਾਂ ਤੇ ਮਸਾਂ ਮੈਂ ਤਾਂ ਵੇਖੀ ਨੋਟਿਸ ਸਾਨੂੰ ਦਿੱਤਾ ਹੋਇਆ ਕਈ ਦਿਨਾਂ ਦਾ ਮਕਾਨ ਮਾਲਕ ਨੇ, ਤੇ ਖਾਲੀ ਕਰਨਾ ਸੀ ਘਰ। ਹਾਂ ਜੀ, ਉਹ ਮਕਾਨ ਮਾਲਕ ਤਾਂ ਫਿਰ ਇੱਕ ਬਸ ਇੱਕ ਮਹੀਨਾ ਹੀ ਕਰਦਾ ਪਹਿਲਾਂ, ਇੱਕ ਮਹੀਨਾ ਪਹਿਲਾਂ ਨੋਟਿਸ ਦਿੰਦੇ ਆ। ਹਾਂ ਉਹ ਤਾਂ ਮੈਂ ਕਰ ਲਿਆ ਫਿਰ, ਮੈਂ ਕਿਹਾ ਚਲੋ ਕਿਧਰੇ ਲੱਭ ਲਾਂ ਫਿਰ ਪੁੱਛ ਪਛਾ ਕੇ ਬਸ ਆ ਗਈ। ਬਸ ਜੀ ਐ ਨਾ, ਮਕਾਨਾਂ ਵਾਲਾ ਤਾਂ ਬਹੁਤ ਦਿੱਕਤ ਆ ਰਹੀ ਹੈ ਜੀ। ਦੇਖੋ ਨਾ, ਭੀੜ ਹੋ ਗਈ ਜ਼ਿਆਦਾ ਤੇ ਲੋਕ ਖਰੀਦ ਸਕਦੇ ਨਹੀਂ ਹੈਗੇ ਕਿਉਂਕਿ ਮਕਾਨ ਬਹੁਤ ਮਹਿੰਗੇ ਮਿਲਦੇ ਆ। ਘਰ ਅੱਜ ਦੇ ਜਮਾਨੇ ਜੀ ਦਾ ਘਰ ਬਣ ਗਿਆ ਨਾ, ਸਮਝ ਲਓ ਉਹ ਤਾਂ ਉਹਦੇ ਵਰਗਾ ਤਾਂ ਕੋਈ ਅਮੀਰ ਬੰਦਾ ਹੈ ਨੀ। ਹਾਂ ਫਿਰ 80% ਦੁਨੀਆ ਜਿਹੜੀ ਆ ਨਾ, ਹੁਣ ਦੇਖੋ ਪ੍ਰਵਾਸੀ ਲੋਕ ਨੇ ਇਧਰ ਉਧਰੋਂ ਜਿਹੜੇ ਆਉਂਦੇ ਨੇ ਉਹ ਸਾਰੇ ਕਿਰਾਏ ਤੇ ਰਹਿੰਦੇ ਆ, ਕਿਰਾਏ ਤੇ ਲੋਕ ਗੁਜ਼ਾਰਾ ਕਰਦੇ ਆ ਲਗਭਗ ਜ਼ਿਆਦਾ। ਤੇ ਕੋਈ ਐਸੀ ਗੱਲ ਨੀ ਹੈਗੀ, ਤੁਹਾਨੂੰ ਅਸੀਂ ਦੇਖੋ ਸਾਡੀ ਸੋਸਾਇਟੀ ਜਿਹੜੀ ਵਧੀਆ ਸੋਸਾਇਟੀ ਤੁਹਾਡੀ ਇਹ ਨੀ, ਮੈਂ ਤਾਂ ਦੂਜੀਆਂ ਸੋਸਾਇਟੀਆਂ 'ਚ ਵੀ ਦਵਾਉਣਾ, ਮੈਂ ਰੂਮ ਕਮਰੇ ਦਵਾਉਣਾ, ਘਰ ਵੀ ਦਵਾਉਣਾ। ਤੇ ਮੈਨੂੰ ਕਿਸੇ ਨੇ ਕਿਹਾ ਸੀ ਵੀ ਆ ਵਧੀਆ ਸੋਸਾਇਟੀ। ਹਾਂ ਇਹ ਸੋਸਾਇਟੀ ਬਹੁਤ ਪੂਰੀ ਸ਼ਾਹੀ ਸੋਸਾਇਟੀ ਹੈ, ਵੀਆਈਪੀ ਸੋਸਾਇਟੀ ਹੈ ਜੀ ਇਹ। ਅੱਛਾ, ਇੱਥੇ ਮਿਲ ਜਾਂਦੇ ਤਾਂ ਵਧੀਆ ਸੀ ਜੀ। ਆਪਾਂ ਇੱਥੇ ਦਵਾ ਦੇਵਾਂਗੇ, ਤੁਹਾਨੂੰ ਕੋਈ ਚੱਕਰ ਵਾਲੀ ਗੱਲ ਨਹੀਂ। ਇੱਥੇ ਦਵਾ ਦੇ, ਬਸ ਸਾਨੂੰ ਤਾਂ ਇਹ ਹੈ ਨਾ ਪਰਿਵਾਰ ਹੈਗਾ ਨਾਲ, ਤੇ ਪੂਰਾ ਘਰ ਲੈਣਾ ਹੈ ਅਸੀਂ, ਕਮਰਾ ਖਾਲੀ ਕਮਰਾ ਨਹੀਂ ਲੈਣਾ, ਪੂਰਾ ਘਰ ਲੈਣਾ। ਭਾਈ ਘਰ ਇਹੋ ਜਿਹਾ ਦਿਖਾਇਓ ਕਿ ਲਾਈਟ ਬਿਜਲੀ ਪਾਣੀ ਸਾਰੀਆਂ ਫੈਸਿਲਿਟੀਆਂ ਹੋਣੀਆਂ ਚਾਹੀਦੀਆਂ। ਠੀਕ ਹੈ ਜੀ, ਕਮਲੇ ਹੋ ਮੈਡਮ, ਘਰ ਤਾਂ ਅਸੀਂ ਤੁਹਾਨੂੰ ਟੌਪ ਦਿਖਾਵਾਂਗੇ ਟੌਪ। ਹਾਂ ਤੇ ਜਿਹੜੀ ਤੁਹਾਡੀ ਰਿਕੁਆਇਰਮੈਂਟ ਹੈ ਸਾਰੀ ਆਪਾਂ ਪੂਰੀ ਕਰਾਂਗੇ। ਅੱਛਾ,
ਤੁਸੀਂ ਦੇਖੋ ਹੁਣ ਦੇਖ ਕੇ ਆਏ ਹੋਵੋਗੇ। ਹੋਰ ਮੈਂ ਤਾਂ ਬਹੁਤ ਮੱਥਾ ਮਾਰ ਕੇ ਆਈ ਆ ਪਰ ਮੈਨੂੰ ਲੱਭਿਆ ਨੀ ਕਿਧਰੇ ਕੰਮ ਮਕਾਨ ਇਹੋ ਜਿਹਾ ਪੂਰਾ। ਜੇ ਕਿੱਥੇ ਕੋਈ ਮਿਲਦਾ ਸੀਗਾ ਤਾਂ ਉੱਥੇ ਕਿਰਾਏਦਾਰ ਜ਼ਿਆਦਾ ਸੀ, ਬਸ ਆਹੀ ਤਾਂ ਗੱਲ ਹੈ। ਜਿੱਥੇ ਮਿਲਦਾ ਸੀਗਾ ਉੱਥੇ ਮਕਾਨ ਮਾਲਕ ਵਿੱਚ ਸੀ, ਉਹ ਮੈਨੂੰ ਚਾਹੀਦਾ ਨੀ ਭਾਈ। ਦੇਖੋ ਆਹੀ ਤਾਂ ਗੱਲ ਹੈ, ਜੇ ਤੁਹਾਨੂੰ ਵਧੀਆ ਮਿਲਣ ਲੱਗ ਗਿਆ, ਜੇ ਇਸ ਤਰ੍ਹਾਂ ਮਕਾਨ ਮਾਲਕ ਯਾਨੀ ਮਕਾਨ ਕਿਰਾਏ ਤੇ ਤੁਹਾਨੂੰ ਮਿਲਣ ਲੱਗ ਗਿਆ ਹੈ, ਤਾਂ ਅਸੀਂ ਕਾਹਦੇ ਵਾਸਤੇ ਬੈਠੇ ਆ। ਤੇ ਹੋਰ ਮੈਂ ਤਾਂ ਤਾਂ ਹੀ ਆਈ ਆ ਇੱਧਰ, ਮੈਨੂੰ ਕਿਸੇ ਨੇ ਦੱਸਿਆ ਕਿ ਉਹ ਵਧੀਆ ਦਵਾ ਦੂ, ਤੁਹਾਡਾ ਨਾਮ ਲਿਆ, ਫਿਰ ਮੈਂ ਕਿਹਾ ਚੱਲ ਭਾਈ ਆਪਾਂ ਉੱਥੇ ਚੱਲਦੇ ਰਹਿੰਦੇ ਹੋ ਨਾ, ਸਾਡਾ ਕੰਮ ਹੈ ਇਹ। ਦੇਖੋ ਅਸੀਂ ਤੁਹਾਡੇ ਤੋਂ ਪੈਸੇ ਲੈਣੇ ਆ। ਹਾਂ ਇਹ ਤਾਂ, ਤੇ ਪੈਸੇ ਉਹ ਜਿਹੜਾ ਘਰ ਦਵਾਉਂਗੇ ਐਡਵਾਂਸ ਲਊਗਾ? ਉਹ ਤਾਂ ਜਿਵੇਂ ਰੂਲ ਹੈ ਐਡਵਾਂਸ ਹੀ ਲੈਂਦੇ ਇੱਕ ਮਹੀਨੇ ਦਾ, ਹੋਰ ਕੀ ਹੈ। ਜੇ ਥੋੜਾ ਬਹੁਤ ਅੱਗੇ ਪਿੱਛੇ ਹੋ ਜੂ ਕੋਈ ਤਰੀਕ ਤੋਂ ਚੱਲ ਜੂ। ਉਹ ਤੁਸੀਂ ਪਹਿਲਾਂ ਘਰ ਪਸੰਦ ਕਰੋ, ਉਹ ਤੋਂ ਬਾਅਦ ਦੀਆਂ ਗੱਲਾਂ ਨੇ ਇਹ। ਚਲੋ ਠੀਕ, ਹਾਂ ਬਸ ਵਧੀਆ ਇੱਕ ਨੰਬਰ ਕਰ ਦੋ। ਮੈਂ ਘਰ ਤੁਹਾਨੂੰ ਮੈਂ ਘਰ ਦਿਖਾ ਦਿੰਦਾ। ਹਾਂ ਬਥੇਰੇ ਘਰ ਨੇ ਇੱਥੇ। ਅੱਛਾ ਹਾਂ, ਤੁਹਾਨੂੰ ਹਰ ਘਰ ਹੀ ਪਸੰਦ ਆਊਗਾ, ਤੁਸੀਂ ਹਰ ਘਰ ਨੂੰ ਦੇਖ। ਇੱਥੇ ਰਹਿਣਾ, ਮੈਂ ਤਾਂ ਇੱਥੇ ਰਹਿਣਾ, ਤੁਸੀਂ ਮੈਂ ਤੁਹਾਨੂੰ ਅਗਲਾ ਦਿਖਾਇਆ ਕਰੂੰਗਾ, ਤੁਸੀਂ ਕਹੋਗੇ ਇੱਥੇ ਰਹਿਣਾ ਇੱਥੇ ਰਹਿਣਾ। ਦੇਖੋ ਬੀਬੀ ਜਿਹੜਾ ਨਾ ਤੁਸੀਂ ਇੱਕ ਵਾਰੀ ਘਰ ਪਸੰਦ ਕਰ ਲਓਗੇ ਨਾ ਫਿਰ ਵੇਖੋ, ਤੁਹਾਨੂੰ ਉੱਥੇ ਕੋਈ ਵੀ ਦਿੱਕਤ ਨਹੀਂ ਆਊਗੀ। ਤੇ ਭਾਈ ਤੂੰ ਵਾਰੀ ਵਾਰੀ ਹੱਥ ਜੇ ਕਿਉਂ ਲਾਈ ਜਾਂਦਾ? ਮੈਂ ਚੱਲ ਇੱਕ ਵਾਰੀ ਲੱਗ ਗਿਆ ਕੋਈ ਨੀ, ਤੂੰ ਦੂਜੀ ਵਾਰ ਫੇਰ ਲਾਤਾ। ਮੈਨੂੰ ਇਹ ਹੱਥ ਜੇ ਲਾਉਣਾ ਪਸੰਦ ਨਹੀਂ ਹੈਗਾ। ਓਹੋ ਤੂੰ ਨਾ ਗੱਲਾਂ ਕਰ, ਹੱਥ ਲਾ ਲਾ ਕੇ ਤੂੰ ਜ਼ਰੂਰੀ ਦੱਸਣਾ। ਕਿਉਂ ਬੀਬੀ ਤੁਸੀਂ ਕਰੰਟ ਮਾਰਦੇ ਹੋ? ਨਾ ਕਰੰਟ ਦੀ ਗੱਲ ਨਹੀਂ ਭਾਈ, ਉਹ ਹੱਥ ਲੱਗ ਗਿਆ ਮੇਰਾ, ਮੇਰੀ ਥੋੜੀ ਜਿਹੀ ਆਦਤ ਹੈ ਹੱਥ ਲਾਉਣ ਦੀ, ਉਹ ਗੁੱਸਾ ਗਾਸਾ ਨਹੀਂ ਕਰੀਦਾ ਹੁੰਦਾ। ਹਾਂ ਨਹੀਂ ਹੱਥ ਲਾਉਣਾ, ਤੂੰ ਤਾਂ ਜਨਾਨੀਆਂ ਤੇ ਰੋਜ਼ ਜੁੱਤੀਆਂ ਖਾਂਦਾ ਹੋਵੇਂਗਾ ਫਿਰ ਜਿਹੜਾ। ਪਤਾ ਹੈ ਸਾਰੇ ਲੋਕਾਂ ਨੂੰ ਵੀ ਹੱਥ ਲਾ ਲਾ ਕੇ ਗੱਲਾਂ ਕਰਦਾ। ਹਾਂ ਉਹ ਹੱਥ ਐ ਲੱਗ ਜਾਂਦਾ, ਮੈਂ ਇੱਕ ਗੁੱਸਾ ਨਾ ਮੰਨੋ, ਕੋਈ ਗੱਲ ਨਹੀਂ ਹੱਥ ਲੰਘ ਜੇ ਨਾ ਤਾਂ ਕੋਈ ਗੁੱਸਾ ਨਾ ਮੰਨੋ। ਕਿਉਂ ਨਾ ਮੰਨਿਓ? ਇੱਕ ਬਗਾਨੇ ਬੰਦੇ ਤੋਂ ਮੈਂ ਕਿਵੇਂ ਹੱਥ ਲਵਾ ਲਾ ਆਪਦੇ? ਤੂੰ ਕਮਰੇ ਵਾਲੀ ਗੱਲ ਤੂੰ ਆਪਦਾ ਦੱਸ ਮੈਨੂੰ। ਚਲੋ ਛੱਡੋ ਪਰਾ, ਛੱਡੋ ਪਰਾ, ਐ ਤੁਸੀਂ ਐ ਦੱਸੋ ਮੈਨੂੰ, ਪਰਾ ਪਰਾ ਨਾ ਹਟੋ, ਕੋਈ ਗੱਲ ਨਹੀਂ ਮੈਂ ਕੋਸ਼ਿਸ਼ ਕਰੂੰਗਾ, ਮੈਂ ਨਹੀਂ ਲਾਉਂਦਾ ਮੈਂ ਹੱਥ। ਹਾਂ ਮੇਰੇ ਹੱਥ ਤੇ ਚਲੋ ਹੁਣ ਮੈਂ ਤੁਹਾਨੂੰ ਕਮਰਾ ਕਮਰਾ ਦਿਖਾਈਏ ਫਿਰ। ਹੁਣ ਤੇ ਹੋਰ ਕਮਰਾ ਦਿਖਾ ਦੇ, ਮੈਂ ਤਾਂ ਸਵੇਰ ਦੀ ਨਿਕਲੀ ਹੋਈ ਆ ਹੈ, ਤੇ ਜਵਾਕ ਘਰੇ ਮੇਰੇ ਇਕੱਲੀ ਹੋਈ ਆ। ਐ ਤੁਸੀਂ ਕਿਹਦੇ ਨਾਲ ਨਿਕਲ ਗਏ ਭਾਈ? ਐ ਨਾ ਇਹ ਉਮਰ ਚ ਨਹੀਂ ਇਹ ਕੰਮ ਕਰੀਦਾ ਹੁੰਦਾ। ਮੈਂ ਨਿਕਲੀ ਨਹੀਂ ਭਾਈ, ਮੈਂ ਤਾਂ ਪਤਾ ਕੀ ਗੱਲ, ਸਵੇਰ ਦੀ ਆਈ ਹੋਈ ਆ। ਮੈਂ ਸੋਚਿਆ ਕਿਸੇ ਨਾਲ, ਉਹ ਤਾਂ ਮੈਂ ਪੰਜਾਬੀ ਚ ਤਾਂ ਹੀ ਕਹਿੰਦੇ ਮੈਂ ਨਿਕਲੀ ਹੋਈ ਆ, ਪਰ ਨਿਕਲਣ ਦਾ ਮਤਲਬ ਹੁੰਦਾ ਵੀ ਉਹ ਕਿਸੇ ਨਾਲ ਨਿਕਲ ਜਾਣਾ। ਹਾਂ ਮਾਫ ਕਰਨਾ, ਇਹ ਗੁੱਸਾ ਨਾ ਮੰਨਿਓ, ਆਹ ਜਿਹੜੀ ਗੱਲ ਹੈ ਭਾਈ ਤੂੰ ਤਾਂ ਜਿਹੜੀ ਗੱਲ ਹੈ ਮੈਂ ਪੰਜਾਬੀ ਦੀ ਮੋਦੀ ਗੱਲ ਕਰਦਾ, ਉਹਦਾ ਮੀਨਿੰਗ ਹੈ ਡਬਲ ਮੀਨਿੰਗ ਹੈ ਇਹ ਇਹਦਾ। ਹਾਂ ਡਬਲ ਮੀਨਿੰਗ ਹੈ ਭਾਈ, ਸਾਡੀ ਜੇ ਬੋਲੀ ਇਹੋ ਜੀ ਤਾਂ ਫਿਰ ਹੁਣ ਚਲੋ ਛੱਡੋ ਪਰਾਂ, ਦੱਸੋ ਪਹਿਲਾਂ ਉਹ ਖਾਓਗੇ ਕੀ ਲਾ? ਦੇਖੋ ਖਾਣ ਬਿਨਾਂ ਮੈਂ ਕਿਸੇ ਨੂੰ ਜਾਣ ਨਹੀਂ ਦਿੰਦਾ, ਖਾਓਗੇ ਕੀ ਪੀਓਗੇ ਕੀ ਮੈਨੂੰ ਦੱਸੋ, ਫਿਰ ਆਪਾਂ ਕਮਰਾ ਦੇਖਣ ਚੱਲਦੇ ਆ ਤੁਹਾਡਾ, ਠੀਕ ਹੈ ਨਾ? ਬਸ ਛੱਡੋ ਪਰ ਕੋਈ ਗੱਲ ਨਹੀਂ, ਤੁਸੀਂ ਸਾਨੂੰ ਕਮਰਾ ਦਿਖਾਓ, ਪਹਿਲਾਂ ਘਰ ਦਿਖਾਓ, ਖਾਣ ਪੀਣ ਦਾ। ਮਖਣਾ ਨਾ ਵੇ ਮੇਰਾ ਅਸੂਲ ਹੈ, ਦੇਖੋ ਮੈਂ ਬਿਨਾਂ ਖਾਣ ਪੀਣ ਤੋਂ ਕਦੇ ਜਾਣ ਦਿੰਦਾ ਹੀ ਨਹੀਂ। ਹਾਂ ਤੇ ਦੱਸੋ ਤੁਸੀਂ ਬਈ, ਦੇਖ ਲਓ ਜੇ ਮੈਂ ਵੈਸੇ ਤਾਂ ਖਾ ਕੇ ਘਰੋਂ ਨਹੀਂ ਆਈ ਸੀਗੀ, ਛੇਤੀ ਆਈ ਸੀਗੀ ਘਰੋਂ ਮੈਂ ਸਵੇਰ ਦੀ, ਫਿਰ ਤੁਸੀਂ ਨਿਕਲੀ ਕਹੋਗੇ ਵੀ ਨਿਕਲੀ ਦਾ ਵਰਡ, ਫਿਰ ਮੈਂ ਕਹਿ ਬੈਠੂਗੀ ਸਵੇਰ ਦੀ ਨਿਕਲੀ ਹੋਈ ਆ। ਨਹੀਂ ਨਹੀਂ ਨਿਕਲੀ ਨੀ, ਘਰੋਂ ਆਈ ਹੋਈ ਆ। ਹਾਂ ਘਰੋਂ ਆਈ ਹੋਈ ਆ, ਚੱਲ ਜਿਵੇਂ ਵੀ ਸਮਝ ਲਓ। ਪਰ ਚੱਲ ਜੇ ਤੁਸੀਂ ਜ਼ਿਆਦਾ ਜ਼ੋਰ ਜਾ ਪਾਈ ਜਾਂਦੇ ਹੋ ਖਾਣ ਵਾਸਤੇ ਤਾਂ ਮਟਰ ਪਨੀਰ ਮੰਗਾ ਲਓ ਫਿਰ, ਚੱਲ ਕੋਈ ਨੀ ਇੱਕ ਦੋ ਫੁਲਕੇ ਖਾ ਲੂੰਗੀ ਮੈਂ ਮਟਰ ਪਨੀਰ ਨਾਲ, ਜੇ ਜ਼ਿਆਦਾ ਹੀ ਕਹਿੰਦੇ ਹੋ ਤਾਂ। ਨਾ ਇੱਕ ਗੱਲ ਦੱਸ ਮੈਨੂੰ ਬੀਬੀ, ਵੀ ਤੂੰ ਸਵੇਰੇ ਨਾਸ਼ਤਾ ਕਰਕੇ ਨਹੀਂ ਤੇ ਇਸਦਾ ਮਤਲਬ ਨਾਸ਼ਤਾ ਇੱਥੇ ਹੀ ਕਰਨਾ? ਉਹ ਕਿਸੇ ਦੇ ਦਫ਼ਤਰ 'ਚ ਜਾਈਦਾ, ਉੱਥੇ ਨਾਸ਼ਤਾ ਨਹੀਂ ਮੰਗ ਲਈਦਾ ਵੀ ਮੈਨੂੰ ਆਹ ਚੀਜ਼ ਖਾਣ ਪੀਣ ਦਾ ਮਤਲਬ ਹੁੰਦਾ ਵੀ ਚਾਹ ਪਾਣੀ, ਮਤਲਬ ਖਾਣਾ ਚਾਹ ਪਾਣੀ ਪੀਣਾ ਠੰਡਾ ਪੀਣਾ ਉਹ ਹੁੰਦਾ। ਤੁਸੀਂ ਵੀ ਹੱਦ ਕਰੀ ਜਾਂਦੇ ਹੋ, ਤੁਸੀਂ ਇਹ ਲੋਕ ਪਤਾ ਨਹੀਂ ਕਦੋਂ ਸਮਝੋਗੇ ਤੇ ਕਦੋਂ ਕੀ ਸਮਝੋਗੇ ਭਾਈ, ਖਾ ਪੀ ਤਾਂ ਕਹੀ ਜਾਂਦੇ। ਤੂੰ ਇਹ ਮਟਰ ਪਨੀਰ ਮੰਗੀ ਖੜੀ ਹੈ,
ਤੇ ਫਿਰ ਮੈਂ ਕਿਹਾ ਚੱਲ ਵੀ ਹੁਣ ਮੈਂ ਤਾਂ ਆਪੇ ਸਾਡਾ ਦੇਖ ਮੇਰੀ ਸੁਣ ਲੈ ਗੱਲ ਅਸੀਂ ਤਾਂ ਇੱਕ ਵਾਰੀ ਖਾ ਲੈਣੇ ਆ ਨਾਸ਼ਤੇ ਨੂੰ ਚਲ ਮਟਰ ਪਨੀਰ ਕੱਲਾ ਮਟਰ ਪਨੀਰ ਨਾਲ ਸਰ ਲੈ ਨਹੀਂ ਕੋਈ ਹੋਰ ਦੇ ਨਾਲ ਰੋਟੀ ਪਾਣੀ ਵੀ ਚਾਹੀਦਾ ਔਰ ਮੈਂ ਰੁੱਖੇ ਉਹਨਾਂ ਨੂੰ ਚੱਕ ਚੱਕ ਕੇ ਖਾ ਲੂੰਗੀ ਤੇਰੇ ਮਟਰ ਪਨੀਰ ਨੂੰ ਚਮਚੇ ਭਰ ਭਰ ਕੇ ਮੂੰਹ ਚ ਪਾ ਲੂੰਗੀ ਨਾਲ ਕੋਈ ਦੋ ਰੋਟੀਆਂ ਕੋਈ ਲੱਸੀ ਕੋਈ ਸਲਾਦ ਕੋਈ ਚੌਲ ਪਰੌਂਠੇ ਪਰੌਂਠੇ ਮੰਗਾ ਲਿਆ ਜੇ ਭਾਈ ਤੂੰ ਜ਼ਿਆਦਾ ਕਰ ਆਲੂ ਦੇ ਪਰੌਂਠੇ ਚੱਲ ਆਲੂ ਦੇ ਪਰੌਂਠੇ ਮੈਂ ਮਟਰ ਪਨੀਰ ਨਾਲ ਖਾ ਲੂੰਗੀ ਮੰਗਾ ਦਿਓ ਨਾਲ ਅੰਬ ਦਾ ਅਚਾਰ ਜ਼ਰੂਰ ਮੰਗਾ ਲਿਓ ਮੈਨੂੰ ਪਸੰਦ ਹੈ ਗੱਲਾਂ ਤਾਂ ਐ ਕਰਦੀ ਜਿਵੇਂ ਅਸੀਂ ਰੈਸਟੋਰੈਂਟ 'ਚ ਬੈਠੇ ਆ ਔਰ ਮੇਰਾ ਮੁੰਡਾ ਨਹੀਂ ਆਇਆ ਚੱਲ ਕੋਈ ਗੱਲ ਨਹੀਂ ਫੇਰ ਖਾਵਾਂ ਪੀਵਾਂਗੇ ਮੁੰਡਾ ਅਜੇ ਨੀ ਆਇਆ ਅੱਜ ਆਇਆ ਨੀ ਹੈਗਾ ਪਤੰਦਰ ਫਿਰ ਐਵੇਂ ਤੂੰ ਫੜੀਆਂ ਮਾਰੀ ਜਾਂਦੇ ਖਾਣ ਉਹ ਪੁੱਛਣ ਦਾ ਫਰਜ਼ ਹੁੰਦਾ ਤੇ ਅੱਗੋ ਸ਼ਰਮ ਤੁਸੀਂ ਵੀ ਲਾ ਰੱਖੀ ਜਿਹੜੀ ਵੀ ਹੈ ਮਟਰ ਪਨੀਰ ਮੰਗ ਕੇ ਖੜੇ ਹੋ ਗਏ ਪਰੌਂਠੇ ਮੰਗ ਕੇ ਖੜੇ ਹੋ ਗਏ ਹੈ ਦਹੀਂ ਆ ਸਲਾਦ ਮੰਗ ਕੇ ਖੜੇ ਹੋ ਗਏ ਦੱਸ ਨਾ ਤੁਸੀਂ ਜਮਾ ਹੀ ਪੁੱਛਿਆ ਤੇ ਮੈਂ ਕਿਹਾ ਘਰੋਂ ਬੰਦਾ ਬ੍ਰੇਕਫਾਸਟ ਕਰਕੇ ਨਿਕਲ ਲਿਆ ਸੀ ਠੇਕਾ ਲਿਆ ਤੁਸੀਂ ਬ੍ਰੇਕਫਾਸਟ ਇੱਥੇ ਆ ਕੇ ਖਰ ਕਰੋਗੇ ਆਪਣੇ ਘਰੇ ਕਰਕੇ ਆਇਆ ਕਰੋ ਕਮਰਾ ਲੈਣ ਆਏ ਹੋ ਤੁਸੀਂ ਚਾਹ ਪਾਣੀ ਬੰਦਾ ਪੁੱਛਦਾ ਹੁੰਦਾ ਵੀ ਚਾਹ ਪਾਣੀ ਭਾਈ ਚਾਹ ਪਾਣੀ ਮਤਲਬ ਤੁਹਾਨੂੰ ਪਿਆ ਦਿੰਨੇ ਆ ਭਾਈ ਜੇ ਤੂੰ ਕਮਰਾ ਦਿਖਾਉਣਾ ਤਾਂ ਦਿਖਾ ਦੇ ਠੀਕ ਹੈ ਜੇ ਉਹ ਪੁੱਛਿਆ ਤੇ ਮੈਂ ਕਹਿਤਾ ਭਾਈ ਮੰਗਾ ਦੇ ਨਹੀਂ ਤਾਂ ਬੰਦਾ ਰੋਟੀ ਪਾਣੀ ਤੋਂ ਤਾਂ ਮਾੜਾ ਨਹੀਂ ਹੁੰਦਾ ਹੈ ਉਹ ਰੋਟੀ ਪਾਣੀ ਮੈਂ ਇੱਥੇ ਘਰੇ ਬੈਠਾ ਤੇ ਬਾਹਰ ਤਾਂ ਹੋਟਲ ਮੈਂ ਤਾਂ ਆਪ ਛੜਾ ਬੰਦਾ ਮੈਂ ਆਪ ਰੋਟੀ ਬਾਹਰ ਹੋਟਲ ਤੋਂ ਖਾਣਾ ਚੱਲ ਭਾਈ ਤੂੰ ਠੰਡੇ ਤੋਂ ਵੀ ਮੁੱਕਰ ਗਿਆ ਬੰਦਾ ਪਾਣੀ ਤੋਂ ਤਾਂ ਨੀ ਮਾੜਾ ਹੁੰਦਾ ਪਾਣੀ ਦੀ ਘੁੱਟ ਤਾਂ ਪਿਆ ਦੇ ਉਹ ਪਾਣੀ ਇਸ ਤਰ੍ਹਾਂ ਜੀ ਦੇਖੋ ਮੇਰੀ ਗੱਲ ਸੁਣੋ ਸਵੇਰੇ ਸਵੇਰੇ ਨਾ ਮੈਂ ਦਫ਼ਤਰ ਖੋਲਿਆ ਤੇ ਮੈਂ ਚੈੱਕ ਕਰਿਆ ਉਹ ਪਾਣੀ ਇੱਕ ਤਾਂ ਰਾਤ ਲਾਈਟ ਨਹੀਂ ਹੈਗੀ ਸੀ ਤੇ ਉਹ ਫ੍ਰਿਜ ਐਂ ਰਿਹਾ ਨਾ ਮੈਂ ਤਾਂ ਘੜੇ ਦਾ ਹੀ ਪੀ ਲੂੰਗੀ ਜੇ ਘੜਾ ਉਹ ਘੜੇ ਵਾਲਾ ਵੀ ਉਹ ਕੈਂਪਰ ਵਾਲਾ ਨਹੀਂ ਆਇਆ ਕੈਂਜਰ ਦਾ ਡੇਲੀ ਕੈਂਪਰ ਵਾਲਾ ਆਉਂਦਾ ਹੁੰਦਾ ਸਵੇਰੇ ਸਵੇਰੇ ਤੇ ਉਹ ਅੱਜ ਆਇਆ ਹੀ ਨਹੀਂ ਉਹਦੇ ਪੈਸੇ ਰਹਿੰਦੇ ਸੀ ਕਹਿੰਦਾ ਪੈਸੇ ਦਿਓ ਪਹਿਲਾਂ ਫੇਰ ਕੈਂਪਰ ਭੇਜੂਗਾ ਮੈਂ ਚਾਹ ਵੀ ਪਿਆਵਾਂਗੇ ਤੁਸੀਂ ਕਮਰਾ ਤਾਂ ਲਓ ਇੱਕ ਵਾਰੀ ਇਹਨਾਂ ਨੂੰ ਮੁੰਡਾ ਆਜੂਗਾ ਨਾਲੇ ਆਜੂਗਾ ਚੱਲ ਤੁਹਾਨੂੰ ਤਾਂ ਤੂੰ ਘਰ ਦਿਖਾ ਦੇ ਵਧੀਆ ਜੇ ਜਿੱਥੇ ਮਕਾਨ ਮੈਂ ਕਹਿੰਦਾ ਤੁਸੀਂ ਦੇਖੋ ਅਜੇ ਬ੍ਰੇਕਫਾਸਟ ਦਾ ਟਾਈਮ ਹੋਇਆ ਨਹੀਂ ਵੈਸੇ ਉਹ ਮੁੰਡਾ ਆਜੂਗਾ ਫਿਰ ਬ੍ਰੇਕਫਾਸਟ ਵੀ ਕਰਵਾਵਾਂਗੇ ਤੁਹਾਨੂੰ ਤੁਸੀਂ ਤੁਹਾਨੂੰ ਕਮਰਾ ਪਸੰਦ ਆਵੇ ਪਹਿਲਾਂ ਹਾਂ ਪਹਿਲਾਂ ਸਾਨੂੰ ਕਮਰਾ ਦਿਖਾ ਦਿਓ ਬਸ ਆਜੋ ਫਿਰ ਕਚੌੜੀ ਨਾਲ ਮੇਰੇ ਕੋਲ ਮਿਠਾਈ ਵੀ ਠੀਕ ਰਹੂਗੀ ਹੈਨਾ ਕਾਜੂ ਕਤਲੀ ਦੇ ਲਵਾ ਦੀ ਸਾਡੀ ਆਹ ਚੰਗੀ ਗੱਲ ਹੋ ਗਈ ਚਲੋ ਕੋਈ ਗੱਲ ਨੀ ਕਮਰਾ ਦਵਾਉਣਾ ਤੁਹਾਨੂੰ ਮੈਂ ਸਾਰਾ ਹਾਂ ਕਮਰਾ ਦਵਾ ਹਾਂ ਚਲੋ ਠੀਕ ਦਿਖਾਉਣਾ ਮੈਂ ਤੁਹਾਨੂੰ ਥੋੜੀ ਪਿੱਛੇ ਜੇ ਰਹਿ ਭਾਈ ਤੂੰ ਤਾਂ ਨਾਲ ਹੀ ਚਿਪਕਣੋਂ ਫਿਰਨਾ ਗਰਮੀ ਬਹੁਤ ਜ਼ਿਆਦਾ ਤੂੰ ਤਾਂ ਭਾਈ ਮੈਨੂੰ ਥਕਾਤਾ ਤੇਰੇ ਕੋ ਮਕਾਨ ਹੀ ਪਸੰਦ ਨਹੀਂ ਆਉਂਦਾ ਪਿਆ ਮੈਂ ਤੈਨੂੰ 10 ਦਿਖਾਤੇ ਭਾਈ ਕੋਈ ਵਧੀਆ ਹੋਊਗਾ ਫੇਰ ਹੀ ਤਾਂ ਮੈਂ ਲਾਉਂਗੀ ਤੂੰ ਕਹਿੰਦਾ ਭਾਈ ਮੈਂ ਤਾਂ ਥੱਕ ਗਿਆ ਤੂੰ ਇਹੋ ਜਿਹੇ ਘਰ ਦਿਖਾਉਂਦਾ ਹੋਵੇਂਗਾ ਮਕਾਨ ਦਿਖਾਉਂਦਾ ਹੋਵੇਂਗਾ ਜੇ ਤੂੰ ਹੀ ਥੱਕੀ ਫਿਰਦਾ ਤਾਂ ਉਹ ਭਾਈ ਮੈਂ ਕਾਹਨੂੰ ਦਿਖਾਉਣਾ ਮੁੰਡਾ ਦਿਖਾਉਂਦਾ ਹੈ ਹਾਂ ਮੁੰਡਾ ਦਿਖਾਉਂਦਾ ਉਹ ਮੁੰਡਾ ਆਇਆ ਨਹੀਂ ਕੰਜਰ ਦਾ ਉਹ ਆਹੋ ਕੋਈ ਚੱਜ ਦਾ ਹੋਊਗਾ ਮੈਂ ਤਾਂ ਫੇਰ ਹੀ ਲਾਉਂਗੀ ਚੱਲ ਐਂ ਕਰ ਹਾਂ ਮੈਨੂੰ ਭਾਈ ਚੱਜ ਦਾ ਕੀ ਤੁਸੀਂ ਛੋਟਾ ਜਨਾਨੀਆਂ ਦਾ ਮੈਂ ਦੇਖ ਰੱਖਿਆ ਹਿਸਾਬ ਕਿਤਾਬ
ਤੁਹਾਨੂੰ ਕੋਈ ਚੀਜ਼ ਨਹੀਂ ਪਸੰਦ ਆਉਂਦੀ, ਤੁਸੀਂ ਤਾਂ ਸੂਟਾਂ ਵਾਲੀ ਦੁਕਾਨ ਤੇ ਜਾਂਦੇ, ਸਾਰੀ ਵਾਲੀ ਦੁਕਾਨ ਖਟਾਰ ਦੇਣੀ ਹੋ, ਤੁਹਾਨੂੰ ਫੇਰ ਵੀ ਪਸੰਦ ਨਹੀਂ ਆਉਂਦਾ? ਪਸੰਦ ਆਉਂਦਾ, ਮੈਂ ਤੁਹਾਨੂੰ ਫੇਰ ਹੀ ਲਵਾਂਗੇ। 10 ਮਕਾਨ ਮੈਂ ਤੁਹਾਨੂੰ ਦਿਖਾਤੇ, ਤੁਹਾਡੇ ਪਸੰਦ ਹੀ ਨਹੀਂ ਆਇਆ ਕੋਈ? ਉਹ ਮੁੰਡਾ ਦਿਖਾਉਂਦਾ ਹੁੰਦਾ ਸੀ, ਉਹ ਠੀਕ ਹੈ, ਨਾਲ ਤੁਰਿਆ ਫਿਰਦਾ ਰਹਿੰਦਾ ਸੀ, ਚੱਲ ਮੈਂ ਥੱਕ ਗਿਆ ਥੋੜਾ ਜਿਹਾ, ਪਾਰਕ ਦੇ ਵਿੱਚ ਬਹਿੰਦੇ ਆ, ਉਦੋਂ ਬਾਅਦ ਦਿਖਾਉਣਾ ਤੁਹਾਨੂੰ, ਕੋਈ ਗੱਲ ਨਹੀਂ। ਹਾਂ ਚੱਲ ਕੋਈ ਨਹੀਂ ਭਾਈ, ਦਿਖਾਉਣਾ ਫਿਰ ਮੈਂ ਤੁਹਾਨੂੰ, ਕੋਈ ਗੱਲ ਨਹੀਂ। ਤੂੰ ਤਾਂ ਐਵੇਂ ਥੱਕ ਗਿਆ ਦਾਦਾ ਹੈ, ਤੇਰੇ ਨਾਲ ਮੈਂ ਫਿਰਦੀ ਆ ਸਵੇਰ ਦੀ, ਨਾਲੇ ਤੇਰੀ ਮਾਰਨਿੰਗ ਵਾਕ ਹੋ ਜੂਗੀ। ਹੈ ਤੂੰ ਐਡਾ ਵੱਡਾ ਢਿੱਡ ਵਧਾਈ ਫਿਰਦਾ, ਨਾਲੇ ਪਤਲਾ ਹੋ ਜਾਏਗਾ ਥੋੜਾ ਜਿਹਾ ਤੁਰ ਫਿਰ ਕੇ। ਹੈ ਕੋਈ ਪਸੰਦ ਆਊਗਾ? ਮੈਂ ਤੂੰ ਮੇਰੀ ਮਾਰਨਿੰਗ ਵਾਕ ਦਾ ਠੇਕਾ ਲਿਆ? ਠੇਕਾ ਲਿਆ ਤੇ ਮੈਂ ਵੀ ਨਾਲ ਚੱਲ ਵੀ ਆਪਦਾ ਮਕਾਨ ਕੋਈ ਚੱਜ ਦਾ ਵੇਖ ਲੂੰਗੀ, ਜਾਂ ਆਪਦਾ ਮੈਂ ਵੀ ਨਾਲ ਤੁਰੀ ਫਿਰਦੀ ਹਾਂ। ਤੁਸੀਂ ਵੀ ਮਾਰਨਿੰਗ ਵਾਕ ਤੇ ਨਿਕਲੇ ਸੀ? ਹੋਰ ਮੈਂ ਆਪ ਸਵੇਰ ਦੀ ਮਾਰਨਿੰਗ ਵਾਕ ਤੇ ਨਿਕਲੀ ਤਾਂ ਫਾਇਦਾ। ਹਾਂ ਤੂੰ ਤਾਂ ਇਹ ਵੀ ਹਾਂ ਮੈਂ ਮਾਰਨਿੰਗ ਵਾਕ ਤੇ ਆ, ਚੱਲ ਕੋਈ ਗੱਲ ਨਹੀਂ। ਤੇ ਮੈਂ ਕਿਹਾ ਚੱਲ ਕੋਈ ਮਕਾਨ ਵੀ ਦੇਖ ਲੂੰਗੀ, ਘਰ ਵੀ ਦੇਖ ਲੂੰਗੀ, ਕੋਈ ਪਸੰਦ ਆ ਗਿਆ ਤਾਂ ਲੈ ਲੂੰਗੀ, ਨਾਲੇ ਘੁੰਮ ਫਿਰ ਕੇ ਆ ਜੂੰਗੀ। ਹੋਰ ਨਾਲੇ ਮਾਰਨਿੰਗ ਵਾਕ ਹੋ ਜੂਗੀ, ਹੋਰ ਨਾਲੇ ਕੋਈ ਆਪਦਾ ਕਿਧਰ ਚਾਹ ਪਾਣੀ। ਤੂੰ ਭਾਈ ਆ ਮਾਰਨਿੰਗ ਵਾਕ ਕਰਦੀ, ਮੈਨੂੰ ਐਵੇਂ ਕਿਉਂ ਦੁਖੀ ਕਰ ਲਿਆ ਫਿਰ? ਤੂੰ ਪਹਿਲਾਂ ਮਾਰਨਿੰਗ ਵਾਕ ਕਰਕੇ ਫਿਰ ਆਉਂਦੀ। ਨਹੀਂ ਭਾਈ ਮੈਂ ਨਾਲ ਨਾਲ ਦੇਖਣਾ ਵੀ ਹੈ, ਘਰ ਵੀ ਦੇਖਣਾ। ਚਲੋ ਕੋਈ ਗੱਲ ਨੀ, ਉੱਥੇ ਬਹਿ ਜਾ, ਜੇ ਤੂੰ ਥੱਕ ਗਿਆ ਭਾਈ ਤਾਂ ਬਹਿ ਜਾ ਉੱਥੇ, ਕੋਈ ਨੀ। ਚਲੋ ਬਸ ਕਮਰਾ ਵਧੀਆ ਦਿਖਾ ਦੀ, ਕੋਈ ਆਪਦਾ ਵਧੀਆ ਟਿਪ ਟੋਪ ਘਰ, ਇੰਨਾ ਵਧੀਆ ਮਸਤ ਘਰ ਹੋਵੇ। ਮੈਂ ਤਾਂ ਤੈਨੂੰ ਦੱਸ ਦਿਖਾ ਦੀ, ਬਿਜਲੀ ਪਾਣੀ ਕਿਸੇ ਦੀ ਰੋਕ ਟੋਕ ਕੋਈ ਨਾ ਹੋਵੇ, ਬਸ ਤੈਨੂੰ ਦੱਸ ਦਿਖਾ ਤੇ ਹੋਰ ਦਿਖਾ ਦੇਣਾ। ਹਾਂ ਬਸ ਹੋਰ ਦਿਖਾ, ਮੈਂ ਕਿਸੇ ਦਾ ਇੱਥੇ ਘਰ ਛੱਡੇ ਨੀ ਵੀ ਜਿਹੜਾ ਤੈਨੂੰ ਮੈਂ ਨਾ ਮਤਲਬ ਦਿਖਾਇਆ ਹੋਵੇ। ਚੱਲ ਕੋਈ ਨੀ ਭਾਈ, ਕੋਈ ਨੀ ਤੁਸੀਂ ਰੈਸਟ ਕਰੋ, ਬਹਿ ਜਾਓ ਇੱਥੇ, ਬਹਿ ਜਾਓ। ਲੈ ਇੱਕ ਮਿੰਟ ਬੈਠਦੇ ਆ। ਵੇਖ ਬਈ ਮੈਂ ਗੱਲਾਂ ਗੁੱਲਾਂ ਤਾਂ ਮਾਰਦੀ ਨੀ ਫਿਰ ਜ਼ਿਆਦਾ, ਠੀਕ ਹੈ ਨਾ, ਮੈਂ ਤਾਂ ਕੰਮ ਦੀ ਗੱਲ ਕਰਦੀ ਆ। ਮੈਨੂੰ ਕੀ ਲੈਣਾ ਮੈਂ ਤੇਰੇ ਤੋਂ ਗੱਲਾਂ ਤੋਂ, ਮੈਂ ਤਾਂ ਜਿਹੜਾ ਕੰਮ ਜਿਹੜੇ ਅਸੀਂ ਆਏ ਆ ਅਸੀਂ ਉਹ ਕੰਮ ਕਰਨਾ, ਬਸ ਗੱਲ ਖਤਮ ਹੈ। ਹਾਂ ਬਸ ਤੁਸੀਂ ਵਧੀਆ ਦਿਖਾਓ ਘਰ ਤੇ ਥੋੜੀ ਦੇਰ ਰੈਸਟ ਕਰਕੇ, ਮੇਰੇ ਕੋਲੇ ਵੀ ਇੰਨਾ ਟਾਈਮ ਨਹੀਂ ਹੈਗਾ ਬੈਠਣ ਦਾ। ਬੀਬੀ ਮੈਨੂੰ ਇੱਕ ਗੱਲ ਦੱਸ। ਹਾਂਜੀ ਪੁੱਛੋ। ਮੈਂ ਤੈਨੂੰ ਜਿਹੜੇ 10 ਮਕਾਨ ਦਿਖਾਏ ਆ, 10 ਦੇ ਵੀ 11-12 ਦਿਖਾਏ ਆ, ਆਹੋ ਤੈਨੂੰ ਉਹਨਾਂ ਦੇ ਵਿੱਚੋਂ ਇੱਕ ਵੀ ਮਕਾਨ ਪਸੰਦ ਨਹੀਂ ਆਇਆ, ਕਿਉਂ ਨਹੀਂ ਪਸੰਦ ਆਇਆ ਮੈਨੂੰ ਐਂ ਦੱਸ ਪਹਿਲਾਂ। ਮੇਰੀ ਗੱਲ ਸੁਣ ਭਾਈ, ਉਹਨਾਂ ਦੇ ਵਿੱਚ ਸਾਰਾ ਕੁਝ ਨਹੀਂ ਹੈਗਾ ਸੀ। ਸਾਰਾ ਕੁਝ ਨਹੀਂ ਹੈਗਾ ਸੀ? ਆਹੋ ਉਹਦੇ ਵਿੱਚ ਪੱਖਾ, ਅਲਮਾਰੀ ਹੈ, ਕੂਲਰ ਹੈ, ਸਾਰਾ ਕੁਝ ਹੀ ਤਾਂ ਹੈਗਾ ਸੀ। ਹੋਰ ਤੂੰ ਉਹਦੇ ਚ ਭੂਤ ਪਾਲਦੀ ਆ, ਵੀ ਭੂਤ ਨਹੀਂ ਹੈਗਾ ਸੀ। ਕਿਉਂ ਭੂਤ ਕਿਉਂ ਪਾਲਦੀ ਆ, ਭੂਤ ਵਾਲਾ ਕਮਰਾ ਕੌਣ ਲੈ ਲੂਗਾ? ਹੈ ਤੂੰ ਵੀ ਤਾਂ ਭਾਈ ਕਮਲੀਆਂ ਗੱਲਾਂ ਕਰਦਾ। ਅੱਛਾ ਤੁਹਾਡੇ ਜਵਾਕ ਕਿੰਨੇ ਆ? ਜਵਾਕ ਤਾਂ ਸੁੱਖ ਨਾਲ ਭਾਈ ਮੇਰੇ ਥੋੜੇ ਹੀ ਹੈ। ਕਿੰਨੇ ਹੈ? 9 ਜਵਾਕ ਹੈ। 9 ਜਵਾਕ ਇੱਥੇ ਆ? ਆਹ ਗੱਲ ਦੱਸ ਹੈ ਵੀ 9 ਜਵਾਕ ਨੇ, ਸਾਡਾ ਤਾਂ 2 ਰੂਮ ਸੈੱਟ ਨਾਲ ਸਰਦਾ ਨਹੀਂ, ਆਹ ਗੱਲ ਕਰਨਾ ਭਾਈ? ਕਿਸੇ ਦੇ ਘਰੋਂ ਥੋੜੋ ਖਾਂਦੇ ਆ 9 ਜਵਾਕ? ਕਿਸੇ ਦੇ ਘਰੋਂ ਖਾਂਦੇ ਆ? ਓਏ ਤੁਸੀਂ ਪੜ੍ਹੀ ਲਿਖੀ ਸੋਸਾਇਟੀ ਦੇ ਵਿੱਚ ਇੱਥੇ ਤੁਸੀਂ ਕਮਰਾ ਭਾਲਦੇ ਹੋ ਤੇ ਹੋਰ ਰਹਿਣਾ ਤਾਂ ਵਧੀਆ ਹੀ ਹੈ। ਕਮਰਾ ਤਾਂ ਕਾਹਦੇ ਵਾਸਤੇ, ਤੁਹਾਨੂੰ ਤਾਂ ਕਈ 7-8 ਮਕਾਨ 7-8 ਕਮਰਿਆਂ ਦਾ ਘਰ ਚਾਹੀਦਾ ਤੁਹਾਨੂੰ, ਘੱਟ ਤੋਂ ਘੱਟ ਕਮਰਾ ਨਹੀਂ ਭਾਈ ਦਵਾਉਣਾ ਹੈ ਤਾਂ ਦਵਾ ਦੇ, ਗੱਲਾਂ ਹੀ ਆ। ਮੈਂ ਤੁਹਾਨੂੰ ਇੱਕ ਗੱਲ ਪੁੱਛਦਾ, ਹਾਂ ਵੀ ਤੁਹਾਨੂੰ ਇਸ ਚੀਜ਼ ਦੀ ਸ਼ਰਮ ਆਉਣੀ ਚਾਹੀਦੀ ਸੀ ਵੀ ਪੜ੍ਹੀ ਲਿਖੀ ਸੋਸਾਇਟੀ 'ਚ ਅਸੀਂ ਰਹਿ ਰਹੇ ਹਾਂ, ਇੰਨੇ ਇੰਨੇ ਜਵਾਕ ਯਾਰ ਤੁਸੀਂ ਅੱਜ ਦੇ ਜ਼ਮਾਨੇ 'ਚ ਪੈਦਾ ਕਰੀ ਜਾਂਦੇ ਹੋ, ਅੱਧ ਹੋ ਗਈ। ਉਹ ਤਾਂ ਮੇਰੇ ਘਰ ਵਾਲਾ ਭਾਈ ਅਨਪੜ੍ਹ ਜਿਹਾ ਸੀਗਾ, ਬਸ ਐਂ ਹੋ ਗਏ, ਪਤਾ ਨਹੀਂ ਲੱਗਿਆ, ਬਸ ਬਸ ਆਹ ਤੁਹਾਡੇ ਕੋਲ ਬਹੁਤ ਵਧੀਆ ਬਹਾਨਾ ਹੈ। ਹੋਰ ਬਸ ਐਂ ਕੀ, ਤੁਹਾਨੂੰ ਪਤਾ ਹੀ ਹੈ ਫਿਰ ਪਿੰਡਾਂ ਦੇ, ਤੁਹਾਨੂੰ ਪਤਾ ਇਹੋ ਜਿਹੇ ਕੰਮ ਹੁੰਦੇ। ਚਲੋ ਕੋਈ ਗੱਲ ਨਹੀਂ, ਮੈਂ ਹੋਰ ਦਿਖਾਉਣਾ। ਆਹੋ ਦਿਖਾ ਦਿਓ, ਚਲੋ ਕੋਈ ਨਹੀਂ। ਤੁਸੀਂ ਆਧਾਰ ਕਾਰਡ ਦਿਓ। ਆਧਾਰ ਕਾਰਡ ਤਾਂ ਜੀ ਸਾਡਾ ਹਜੇ ਬਣਿਆ ਨਹੀਂ। ਕਿਉਂ ਬਣਿਆ ਕਿਉਂ ਨਹੀਂ? ਉਹ ਤੁਹਾਨੂੰ ਪਤਾ ਹੀ ਹੈ ਕਿ 9 ਜਵਾਕ ਸੀਗੇ ਹਾਂ ਤੇ 2 ਅਸੀਂ ਸੀਗੇ। ਹਾਂ 9 ਤੇ 2 11 ਹੋ ਗਏ। ਹਾਂ ਤੇ ਆਧਾਰ ਕਾਰਡ ਤੇ ਫਿਰ ਪੂਰੇ ਨਹੀਂ ਆਉਂਦੇ ਸੀ, ਤਾਂ ਕਰਕੇ ਤੇ ਉਹਨਾਂ ਨੇ ਫਿਰ ਮਨਾ ਕਰਤਾ। ਉਹ ਤਾਂ ਕਰਨਗੇ ਫਿਰ ਬਣਾਉਣਾ, ਦੱਸ
9 ਤੇ 2 11 ਜਣੇ ਹੋ ਗਏ ਹੈ ਤੇ ਸੱਸ ਸਹੁਰਾ ਵੀ ਹੋਣਗੇ ਤੇਰੇ ਹਨਾ ਹਾਂ ਹੈਗੇ ਆ 11 ਤੇ 2 13 ਦੱਸੋ ਇਹ ਹੱਦ ਹੋ ਗਈ ਅੱਜ ਦੇ ਜ਼ਮਾਨੇ 'ਚ ਉਹ 13 ਜਣੇ ਫਿਰ ਕਿੱਥੇ ਕਾਰਡ 'ਚ ਪੂਰੇ ਆਉਂਦੇ ਸੀ ਚਲਾ ਚੱਲੀਏ ਭਾਈ ਚਲੋ ਭਾਈ ਤੇ ਵੇਖੀ ਬਸ ਕਮਰਾ ਦਿਖਾ ਦਿਓ ਫਿਰ ਵਧੀਆ ਜਾ ਘਰ ਆਪਾਂ ਇਸ ਸੋਸਾਇਟੀ 'ਚੋਂ ਜਲਦੀ ਨਿਕਲੀਏ ਕਿਉਂ ਵਧੀਆ ਸੋਸਾਇਟੀ ਚ ਵੀਆਈਪੀ ਸੋਸਾਇਟੀ ਚ ਆ ਗਈ ਹੈ ਘਰ ਲੈਣ ਨੂੰ ਜਾ ਭਾਈ ਤੁਸੀਂ ਵੀ ਠੀਕ ਹੀ ਹੋ ਕਿਉਂ ਜਾ ਭਾਈ ਕੀ ਸਾਡੀ ਇੰਨੀ ਔਕਾਤ ਤਾਂ ਹੈਗੀ ਹੈ ਕਿ ਅਸੀਂ ਵਧੀਆ ਸੋਸਾਇਟੀ ਚ ਘਰ ਲੈ ਸਕਦੇ ਆ ਤੁਸੀਂ ਦਵਾਉਣ ਵਾਲੇ ਬਣੋ ਔਰ ਫੇਰ ਉਹੀ ਗੱਲ ਹੈ ਫੇਰ ਉਹੀ ਕੀ ਗੱਲ ਹੈ ਤੁਹਾਨੂੰ ਦੂਜੀ ਹੋਰ ਕਲੋਨੀ ਚ ਦਵਾਉਂਗਾ ਮੈਂ ਨਹੀਂ ਨਹੀਂ ਮੈਂ ਤਾਂ ਇੱਥੇ ਚ ਹੀ ਲੈਣਾ ਮੈਨੂੰ ਤਾਂ ਇੱਥੇ ਚ ਹੀ ਦਵਾਓ ਆਹ ਸੋਸਾਇਟੀ ਮੈਨੂੰ ਪਸੰਦ ਹੈ ਠੀਕ ਹੈ ਜੇ ਤੁਹਾਨੂੰ ਇੰਨੀ ਸੋਸਾਇਟੀ ਪਸੰਦ ਸੀ ਆਹੋ ਤਾਂ ਇਹ ਵੀ ਦੇਖਣਾ ਸੀ ਮੈਨੂੰ ਤਾਂ ਦੋ ਹੀ ਜਵਾਕ ਪਸੰਦ ਹੈ ਇਹ ਵੀ ਤਾਂ ਕਹਿਣਾ ਸੀ ਫਿਰ ਤੁਸੀਂ ਉਦੋਂ ਉਹ ਤਾਂ ਚਲ ਹੋ ਗਈ ਨੌ ਜਵਾਕ ਪੈਦਾ ਕਰਤੇ ਤੁਸੀਂ ਮੈਡਮ ਹੱਦ ਹੋ ਗਈ ਕੀ ਗੱਲ ਹੋ ਗਈ ਭਾਈ ਮੈਂ ਤਾਂ ਤੂੰ ਜਦੋਂ ਮੈਨੂੰ ਕਿਹਾ ਕਿ ਤੁਸੀਂ ਕਮਰਾ ਦਵਾਉਂਗੇ ਤਾਂ ਫਿਰ ਐਸ ਸੋਸਾਇਟੀ ਚ ਦਵਾਓ ਮੈਂ ਦਹਲੀਜ਼ ਤੇ ਨਹੀਂ ਘਰੇ ਦੇ ਪੈਂਡੇ ਤੇ ਨਹੀਂ ਤੁਹਾਨੂੰ ਚੜਨ ਦਿੰਦਾ ਕੋਈ ਜੇ ਤੁਸੀਂ ਕਹਿਤਾ ਇੱਥੇ ਕਿਸੇ ਨੂੰ ਕਹਿਤਾ ਨਾ ਵੀ ਮੇਰੇ ਨੌ ਜਵਾਕ ਹੈ ਇਹ ਕੀ ਵੱਡੀ ਗੱਲ ਹੈ ਮਲਟੀ ਸਟੋਰੀ ਬਿਲਡਿੰਗਾਂ ਦੇ ਇੱਥੇ ਤੁਹਾਨੂੰ ਪਹਿਲਾਂ 12 12 ਹੁੰਦੇ ਸੀ ਮੇਰੇ ਤਾਂ ਹਜੇ ਨੌ ਹੀ ਹੈ ਮਾਰਦੇ ਗੱਲਾਂ ਆਪਦਾ ਉਹ ਨਹੀਂ ਮੰਨਦੀ ਕਸੂਰ ਨਹੀਂ ਮੰਨਦੀ ਕਸੂਰ ਦੀ ਕੀ ਗੱਲ ਹੈ ਤੁਸੀਂ ਕਮਰਾ ਦਿਖਾਓ ਚਲੋ ਕਮਰਾ ਦਿਖਾਓ ਮੈਂ ਤਾਂ ਤੁਹਾਨੂੰ ਆ ਦੱਸ ਉਹ ਹੋਰ ਦੂਜੀ ਜੀ ਕਲੋਨੀ 'ਚ ਜਾਣਾ ਨਹੀਂ ਦੂਜੀ 'ਚ ਨਹੀਂ ਮੈਂ ਲੈਣਾ ਉਹ ਮਹਾ ਮੈਡਮ ਬਹੁਤ ਵਧੀਆ ਤੁਸੀਂ ਐ ਤੁਸੀਂ ਮੰਨ ਜਾਓਗੇ ਨਾ ਨਾ ਮੈਂ ਤਾਂ ਇੱਥੇ ਹੀ ਲੈਣਾ ਭਾਈ ਮੈਂ ਤਾਂ ਇੱਥੇ ਹੀ ਲੈਣਾ ਮੈਨੂੰ ਇੱਥੇ ਸੋਸਾਇਟੀ ਚਾਹੀਦਾ ਹੈ ਇੱਥੇ ਜੀ ਚਾਹੀਦਾ ਉਹ ਹੱਦ ਹੋ ਗਈ ਆਹੋ